ਦਾ ਕੀ ਨਾਮ ਸੀ, ਤੁਹਾਡਾ ਕੀ ਨਾਮ ਹੈ? ਇਹ ਪਰਮਜੋਤ ਸਿੰਘ ਸੀ, ਮੇਰਾ ਬਹੁਤ ਨਜ਼ਦੀਕੀ ਰਿਸ਼ਤੇਦਾਰ ਸੀਗਾ। ਕੀ ਘਟਨਾ ਹੋਈ, ਕਿਸ ਤਰ੍ਹਾਂ ਵਾਪਰਿਆ ਸਾਰਾ ਤੁਹਾਨੂੰ? ਬਈ ਸਵੇਰ ਟ੍ਰੇਨ ਦੀ ਤਰ੍ਹਾਂ ਹਰ ਰੋਜ਼ ਦੀ ਤਰ੍ਹਾਂ ਡਿਊਟੀ ਜਾ ਰਹੇ ਸੀਗੇ। ਸਵੇਰੇ ਨਹਾ ਕੇ ਤਿਆਰ ਹੋ ਕੇ ਅਤੇ ਡਿਊਟੀ ਜਾਣ ਸਮੇਂ ਰਿਵਾਲਵਰ ਸਾਫ਼ ਕਰਨ ਲੱਗਿਆ ਸੀਗਾ। ਰਿਵਾਲਵਰ ਸਾਫ਼ ਕਰਦੇ ਅਚਾਨਕ ਕਿਤੇ ਪਿਸਟਲ 'ਤੇ ਜਿਹੜਾ ਉਹ ਚੱਲ ਗਿਆ ਅਤੇ ਮੌਕੇ 'ਤੇ ਡੈਥ ਹੋ ਗਈ। ਕਿੰਨੀ ਕੁ ਉਮਰ ਸੀ, ਕਦੋਂ ਕੁ ਭਰਤੀ ਹੋਇਆ ਸੀ? ਸ਼ਾਇਦ 16-17 ਦਾ ਭਰਤੀ ਹੈ ਬਈ, ਹੋ ਗਏ 10-12 ਸਾਲ ਹੋ ਗਏ ਭਰਤੀ ਹੋਏ। ਠੀਕ ਹੈ, ਪਰਿਵਾਰ ਦੀ ਗੱਲ ਕੀਤੀ ਜਾਵੇ, ਪਰਿਵਾਰ ਦੇ ਵਿੱਚ ਕੌਣ ਕੌਣ ਹੈ ਉਹਨਾਂ ਦਾ? ਪਰਿਵਾਰ ਦੇ ਵਿੱਚ ਬਈ ਜਿਵੇਂ ਕਹਿੰਦੇ ਆ ਇਕੱਲੇ ਸੀਗਾ ਪਹਿਲਾਂ, ਬਹੁਤ ਸਮਾਂ ਪਹਿਲਾਂ ਤਾਂ ਡੈਡੀ ਪੁਲਿਸ ਸੀ, ਉਹਦੀ ਡੈਥ ਹੋ ਗਈ ਸੀ ਇਹ 2 ਕੁ ਮਹੀਨਿਆਂ ਦਾ ਸੀਗਾ, ਬਾਕੀ ਕੁਛ ਰਹੇ ਨਹੀਂ, ਛੋਟੇ ਛੋਟੇ ਬੱਚੇ ਆ। ਕਿੰਨੇ ਕਿੰਨੇ ਜਵਾਕ ਸੀ? ਜਵਾਕ ਕਿੰਨੇ ਸੀ? ਇੱਕ ਬੇਟਾ ਇੱਕ ਬੇਟੀ ਆ। ਕਿੰਨੇ ਕਿੰਨੇ ਸਾਲ ਦੇ ਨੇ ਉਹ? ਬੇਟੀ 6 ਸਾਲ ਦੀ ਹੋਣੀ, ਤਕਰੀਬਨ ਬੇਟਾ 2-3 ਸਾਲ ਦਾ। ਜੇਕਰ ਗੱਲ ਕਰੀਏ ਵੀ ਪਰਿਵਾਰ ਦੇ ਵਿੱਚੋਂ ਕਮਾਉਣ ਨਾਲ ਹੋਰ ਕੋਈ ਜੀ ਰਿਹਾ ਨਹੀਂ ਪਿੱਛੇ? ਕਮਾਉਣ ਵਾਲਾ ਬਾਈ ਕੋਈ ਨਹੀਂ ਰਿਹਾ, ਇਹੀ ਸੀਗਾ ਸਾਰਾ। ਮਤਲਬ ਨਾਨਕੇ ਘਰ ਰਹਿੰਦਾ ਸੀਗਾ, ਕਿਉਂਕਿ ਜਵਾਨੀ ਭਰੇ ਜਿਹੜੀ ਇਹਦੀ ਮਾਤਾ ਸੀ ਉਹ ਵਿਧਵਾ ਹੋ ਗਈ, ਉਹਨੇ ਆਪਦੇ ਬੱਚੇ ਪਿੰਡ ਪਾਲੇ ਸੀਗੇ। ਉਸ ਤੋਂ ਬਾਅਦ ਮਾਮੇ ਦੀ ਵੀ ਡੈਥ ਹੋਈ ਹੋਈ ਆ, ਅਤੇ ਮਾਤਾ ਦੀ ਮਾਤ ਆ ਗਈ, ਮਾਮੀ ਆ ਘਰ, ਇਕੱਲਾ ਕਮਾਉਣ ਵਾਲਾ ਇਹੀ, ਇੱਕੋ ਪਰਿਵਾਰ ਨਾਲ, ਸਿਆਸੀ ਪਰਿਵਾਰ ਨਾਲ ਬਤੌਰ ਗੰਨਮੈਨ ਗੁਜਰਾਤੀ ਸੁਭਾਅ ਦਾ, ਤਾਂ ਇੱਥੇ ਪਤਾ ਲੱਗਦਾ ਕਿ ਉਹਨਾਂ ਨੇ ਕਦੇ ਇਹਨੂੰ ਆਪ ਤੋਂ ਪਹਿਲਾਂ ਜਾਣ ਹੀ ਨਹੀਂ ਦਿੱਤਾ ਸੀਗਾ। ਯਾਨੀ ਕਿ ਲੌਂਗੋਵਾਲ ਪਰਿਵਾਰ ਨੇ ਇਹਨੂੰ ਇੱਕ ਆਪਣੇ ਪਰਿਵਾਰ ਦੀ ਤਰ੍ਹਾਂ ਰੱਖਿਆ ਹੋਇਆ ਸੀ। ਪਰਮਜੋਤ ਸਿੰਘ ਇਹਦਾ ਨਾਮ ਸੀ ਵੀਰੇ, ਲੌਂਗੋਵਾਲ ਤੋਂ, ਗਾਹੋਪੱਤੀ ਲੌਂਗੋਵਾਲ, ਅਤੇ ਇਹ ਆਪਣਾ ਇਹਦਾ ਰਿਵਾਲਵਰ ਸੀ ਸਰਕਾਰੀ, ਉਹਦੀ ਸਫਾਈ ਕਰਦਾ ਸੀ ਕਿਤੇ, ਕੁਦਰਤੀ ਰੌਂਦ ਵਿੱਚ ਰਹਿ ਗਿਆ, ਉਹ ਚੱਲ ਗਿਆ। ਕੀ ਕਾਰਵਾਈ ਕੀਤੀ ਜਾ ਰਹੀ ਹੈ? 174 ਦੀ ਕਾਰਵਾਈ ਹੈ। ਕੀ ਨਾਮ? ਪਰਮਜੋਤ ਸਿੰਘ। ਤੁਹਾਡਾ ਜੀ? ਮੇਰਾ ਨਾਮ ਰਘਵੀਰ ਸਿੰਘ ਹੈ, ASI ਲੌਂਗੋਵਾਲ। ਗੋਲੀ ਜਿਹੜੀ ਅਸਲ ਵਿੱਚ ਲੱਗੀ ਹੈ ਔਰ ਇਹਦੇ ਨਾਲ ਉਹਦੀ ਮੌਤ ਹੋ ਗਈ ਹੈ, ਇਸ ਕਰਕੇ ਮੈਨੂੰ ਬਹੁਤ ਹੀ ਉਹਨਾਂ ਦਾ ਦੁੱਖ ਹੈ, ਕਿਉਂਕਿ ਸਾਡਾ ਆਪਣਾ ਪਰਿਵਾਰ ਹੈ, ਸਾਡੇ ਲੌਂਗੋਵਾਲ ਵੀ ਸੀ, ਇੱਦਾਂ ਦੀ ਮਾਂ ਅੱਗੇ ਸਾਡੀ ਭੈਣ ਲੱਗਦੀ ਹੈ। ਸੋ ਇਸ ਕਰਕੇ ਸੁਭਾਅ ਇਹਨਾਂ ਦਾ ਬਹੁਤ ਵਧੀਆ ਸੀ, ਬਹੁਤ ਹੀ ਜਿੱਥੇ ਵੀ ਕਿਤੇ ਉਹਨਾਂ ਡਿਊਟੀ ਲਾਉਂਦੇ ਸੀ, ਬੜੀ ਤਨਦੇਹੀ ਨਾਲ ਆਪਣੀ ਡਿਊਟੀ ਸਮਝ ਕੇ ਡਿਊਟੀ ਪੂਰੇ ਕਰਦਾ ਸੀ। ਇਹੋ ਜਿਹੇ ਦਾ ਜਿਹੜੇ ਨੌਜਵਾਨ ਦਾ ਚਲੇ ਜਾਣਾ ਸਾਡੇ ਲਈ ਬਹੁਤ ਦੁਖਦਾਈ ਹੈ, ਪਰਿਵਾਰ ਲਈ ਤਾਂ ਵੱਡਾ ਦੁੱਖ ਹੈ ਹੀ ਹੈ, ਕਿ ਬੱਚਾ ਵੀ ਬਹੁਤ ਛੋਟਾ ਹੈਗਾ ਸਾਡੇ ਪਰਿਵਾਰ ਲਈ, ਕਿਉਂ ਇਹਦੇ ਪਹਿਲਾਂ ਪਿਤਾ ਜੀ ਦੀ ਡੈਥ ਹੋ ਗਈ, ਉਹਦੇ ਛੋਟੇ ਹੀ ਸਨ, ਔਰ ਇਹਦੀ ਮਾਤਾ ਜੀ ਨੇ ਇਹਨੂੰ ਪਾਲਿਆ, ਹੁਣ ਇਹ ਪਰਿਵਾਰ ਦੇ ਵਿੱਚ ਹੀ ਬਹੁਤ ਵੱਡਾ ਦੁੱਖ ਹੋ ਗਿਆ, ਅਤੇ ਮਾਤਾ ਜੀ ਨੂੰ, ਇਹਦੀ ਪਤਨੀ ਨੂੰ, ਇੱਕ ਛੋਟਾ ਬੱਚਾ, ਉਹਨੇ ਸਾਰੇ ਮਿਲਣ ਵਾਲਿਆਂ ਨੂੰ ਬਹੁਤ ਹੀ ਵੱਡਾ ਦੁੱਖ ਹੈ।